ਸਾਸੀ ਦਾ ਦੋਸਤੋ ਪਿੰਡ ਇਟਲੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਕਾਫੀ ਕਮੈਂਟ ਆ ਰਹੇ ਸੀ ਕਿ ਅੰਬੈਸੀ ਆ ਜੋ ਓਪਨ ਹੋਈ ਆ ਕਿ ਨਹੀਂ। ਕੱਲ੍ਹ ਵੀ ਇੱਕ ਵੀਡੀਓ ਪਾਈ ਸੀ, ਉਹਦੇ ਉੱਪਰ ਵੀ ਕਮੈਂਟ ਆਏ ਸੀ ਕਿ ਅੰਬੈਸੀ ਕਦੋਂ ਓਪਨ ਹੋਣੀ ਆ। ਅਤੇ ਦੋਸਤੋ ਇਹਦੇ ਲਈ ਫਿਰ ਅਸੀਂ ਨਾ ਅੰਬੈਸੀ 'ਚ ਕਾਲ ਕੀਤੀ ਸੀ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹ ਕਹਿੰਦੇ ਕਿ 31 ਜੁਲਾਈ ਤੋਂ ਬਾਅਦ ਇਹਦੇ ਚਾਂਸ ਆ ਅੰਬੈਸੀ ਓਪਨ ਹੋਣ ਦੇ, ਉਹ ਤੋਂ ਪਹਿਲਾਂ 31 ਜੁਲਾਈ ਤੋਂ ਪਹਿਲਾਂ ਨਹੀਂ ਓਪਨ ਹੋਣੀ। ਅਤੇ ਉਹ ਕਾਰ ਰਿਕੋਰਡਿੰਗ ਵੀ ਉਹਦੀ ਕੀਤੀ ਆ ਅਤੇ ਉਹ ਤੁਹਾਨੂੰ ਅਸੀਂ ਅੱਗੇ ਸੁਣਾਉਂਦੇ ਹਾਂ ਕਾਰ ਰਿਕੋਰਡਿੰਗ। ਉਹ 'ਚ ਉਹਨਾਂ ਸਾਫ ਸਾਫ ਕਿਹਾ ਵਾ ਵੀ 31 ਜੁਲਾਈ ਤੋਂ ਬਾਅਦ ਆ ਚਾਂਸ ਓਪਨ ਹੋਣ ਦੇ, ਪਹਿਲਾਂ ਨਹੀਂ ਕੋਈ ਵੀ ਹੈਗਾ। ਅਤੇ ਇਹ ਜਿਹੜੀ ਕਾਲ ਲਾਈ ਸੀ ਇਹ ਜਲੰਧਰ ਅੰਬੈਸੀ 'ਚ ਲਾਈ ਸੀ ਅਤੇ ਹੁਣ ਤੁਸੀਂ ਇਹਦੀ ਅੱਗੇ ਕਾਰ ਰਿਕੋਰਡਿੰਗ ਸੁਣ ਸਕਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਮੈਮ ਜਲੰਧਰ ਤੋਂ ਬੋਲਦਾ, ਮੈਂ ਇਟਲੀ ਤੋਂ ਬੋਲਦਾ ਜੀ। ਮੈਮ ਮੇਰੇ ਨਾ ਬ੍ਰਦਰ ਦਾ ਨੂ ਲਾਸ ਦਾ ਨਿਕਲਿਆ ਅਤੇ ਅੰਬੈਸੀ ਕਿੱਦਾਂ ਓਪਨ ਹੋਈ ਹੈ ਜਾਂ ਨਹੀਂ ਅਜੇ, ਮੈਂ ਜਮ੍ਹਾਂ ਕਰਵਾਉਣਾ ਸੀ ਉਹ। ਕਿੰਨੀ ਜੁਲਾਈ ਤੋਂ ਜੀ? 31 ਜੁਲਾਈ ਤੋਂ ਬਾਅਦ। 31 ਜੁਲਾਈ ਤੋਂ ਬਾਅਦ ਚ ਓਪਨ ਹੋ ਗਈ ਅੰਬੈਸੀ, ਅਜੇ ਕੋਈ ਚਾਂਸ ਨਹੀਂ ਹੈਗੇ ਜੀ? ਚਲੋ ਠੀਕ ਆ, ਅਜੇ ਕੋਈ ਚਾਂਸ ਮੈਂ ਕਿਹਾ ਨਹੀਂ ਹੈਗੇ ਓਪਨ ਹੋਣ ਦੇ ਜੀ ਪਹਿਲਾਂ। ਠੀਕ ਆ ਜੀ, ਠੀਕ ਆ, ਓਕੇ, ਥੈਂਕ ਯੂ ਮੈਮ, ਥੈਂਕ ਯੂ ਜੀ, ਓਕੇ। ਦੋਸਤੋ ਤੁਸੀਂ ਆ ਕਾਰ ਰਿਕੋਰਡਿੰਗ ਸੁਣੀ ਲਈ ਹੋਣੀ ਆ, ਇਹ ਆਪਾਂ ਕਾਲ ਕੀਤੀ ਸੀ ਜਲੰਧਰ ਅੰਬੈਸੀ ਦੇ ਵਿੱਚ ਅਤੇ ਉਹਨਾਂ ਦਾ ਕਹਿਣਾ ਕਿ 31 ਜੁਲਾਈ ਤੋਂ ਬਾਅਦ ਆ ਜੇ ਚਾਂਸ ਖੁੱਲ੍ਹਣ ਦੇ ਹੈਗੇ ਆ 31 ਜੁਲਾਈ ਤੋਂ ਬਾਅਦ। ਅਤੇ ਬਾਕੀ ਜੇ ਕਿਸੇ ਦਾ ਕੋਈ ਸਵਾਲ ਹੋਵੇ ਜਾਂ ਕਿਸੇ ਨੇ ਕੋਈ ਗੱਲ ਕਰਨੀ ਹੋਵੇ ਤਾਂ ਆਪਣਾ ਇੰਸਟਾਗ੍ਰਾਮ 'ਤੇ ਤੁਸੀਂ ਕੰਟੈਕਟ ਕਰ ਸਕਦੇ ਜੋ। ਇੰਸਟਾਗ੍ਰਾਮ ਦੀ ਆਈ ਡੀ ਆ ਥੱਲੇ ਲਿਖੀ ਮੈਂਸ਼ਨ ਕੀਤੀ ਆ ਅਤੇ ਇਹ 'ਤੇ ਤੁਸੀਂ ਗੱਲਬਾਤ ਕਰ ਸਕਦੇ ਜੋ ਜਿਹੜੀ ਕਰਨੀ ਆ। ਬਿੱਲਿਆ, ਵਿਆਹ ਵਾਲੀ ਗੇਮ ਤਾਂ ਹੁਣ ਬੰਦ ਹੀ ਸਮਝ। ਆਈਲੈਂਡਸ ਵਾਲੀ ਕੁੜੀ ਕੋਈ ਲੱਭਣੀ ਨਹੀਂ, ਪਹਾੜੀਆਂ ਤੇ ਨਦੀਆਂ 'ਚ ਤਰਨ ਦਾ ਬਣ ਸ਼ੌਂਕੀ ਤੇ ਲਾ ਮਿੱਤਰਾ ਡੌਂਕੀ। 1 ਸਾਲ 'ਚ ਹੀ ਰੇਂਜ, ਪਿੰਡ ਕੋਠੀ, ਦੁਨੀਆਂ ਨੂੰ ਜਾਣਦੇ ਭੌਂਕੀ, ਲਾ ਮਿੱਤਰਾ ਡੌਂਕੀ। ਜਹਾਜ਼ ਸੁੱਖ ਦੇ, ਪੀਂਘ ਸੁੱਖ ਦੇ, ਬਾਬਿਆਂ ਦੇ ਟੇਕ ਮੱਥਾ, ਮੱਥੇ 'ਤੇ ਰਾਖ ਮਲ ਕੇ ਇੱਕ ਭਰ ਚੌਂਕੀ, ਲਾ ਡੌਂਕੀ।